ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਵਿੱਚ ਅੱਜ ਸਰਕਾਰ ਦਾ ਬੜਾ ਹੀ ਸਲਾਘਾਯੋਗ ਕਦਮ ਪੀਐਸਪੀਸੀਲ ਦੇ ਵਿੱਚ 1690 ਪੋਸਟਾਂ ਦੀ ਜੋ ਫਾਈਨਲ ਜੋ ਨੋਟੀਫਿਕੇਸ਼ਨ ਸਿੱਗੀ ਤੇ ਡਿਟੇਲ ਐਡਰਟਾਈਜ਼ਮੈਂਟ ਸਿੱਗੀ ਉਹ ਆ ਚੁੱਕੀ ਹੈਗੀ ਬਹੁਤ ਵਧੀਆ ਗੱਲ ਇਹਨਾਂ ਨੇ ਇੱਥੇ ਕੀਤੀ ਹੈ ਕਿ ਨੋਟੀਫਿਕੇਸ਼ਨ ਦੇ ਨਾਲ-ਨਾਲ ਇਹਨਾਂ ਨੇ ਇਸ ਵਾਰੀ ਡਿਟੇਲ ਦੇ ਵਿੱਚ ਸਿਲੇਬਸ ਵੀ ਦਿੱਤਾ ਹੈਗਾ ਪਹਿਲਾਂ ਸਿਲੇਬਸ ਨਹੀਂ ਦਿੰਦੇ ਸੀਗੇ ਜਿੰਨੇ ਵੀ ਜੇਈ ਦੀਆਂ ਪੋਸਟਾਂ ਸੀਗੀਆਂ ਜਾਂ ਐਸਡੀਓ ਦੀਆਂ ਪੋਸਟਾਂ ਦੇ ਵਿੱਚ ਡਿਟੇਲ ਸਿਲੇਬਸ ਕਦੇ ਨਹੀਂ ਦਿੱਤਾ ਜਾਂਦਾ ਸੀਗਾ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਇਸ ਰਿਕਰੂਟਮੈਂਟ ਦੇ ਮੇਨ-ਮੇਨ ਪੁਆਇੰਟਸ ਤੇ ਪਲੱਸ ਸਿਲੇਬਸ ਦੇ ਵਿੱਚ ਕਿਵੇਂ ਪੜ੍ਹਨਾ ਹੈਗਾ ਤੇ ਕਿੰਨਾ ਪੜ੍ਹਨਾ ਕਿਉਂਕਿ ਸਿਲੇਬਸ ਬਹੁਤ ਛੋਟਾ ਹੀ ਦਿੱਤਾ ਹੋਇਆ ਹੈਗਾ ਉਹ ਕਿੰਨਾ ਪੜਨਾਗਾ ਉਹਦੇ ਵਿੱਚ ਕਿਹੜੇ ਕਿਹੜੇ ਟਾਪਿਕ ਡਿਟੇਲ ਦੇ ਵਿੱਚ ਹੈਗੇ ਹੈਗੇ ਇਹਨਾਂ ਸਾਰੀਆਂ ਗੱਲਾਂ ਬਾਤਾਂ ਬਾਰੇ ਅੱਜ ਅਸੀਂ ਚਾਨਣਾ ਪਾਵਾਂਗੇ ਕਿ ਇਹ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਆ ਗਈ ਬੱਚਿਓ 31 ਸੱਤ ਤਰੀਕ ਨੂੰ ਮਤਲਬ ਜਿਵੇਂ ਅੱਜ ਆਪਾਂ ਨੂੰ ਪਤਾ 26 ਤਰੀਕ ਹੋ ਚੁੱਕੀ ਹੈਗੀ ਅੱਜ ਤੋਂ ਪੂਰੇ 5 ਦਿਨਾਂ ਬਾਅਦ ਇਹ ਡਿਟੇਲ ਜਿਹੜੀ ਹੈਗੀ ਇਹ ਆਨਲਾਈਨ ਰਜਿਸਟ੍ਰੇਸ਼ਨ ਸਟਾਰਟ ਹੋ ਜਾਏਗੀ ਜਿੰਨੇ ਵੀ ਇਹ ਰੱਖੇ ਜਾਣਗੇ ਏਲਮ ਜਿੰਨੇ ਵੀ ਰੱਖੇ ਜਾ ਰਹੇ ਨੇਗੇ ਉਹਨਾਂ ਨੂੰ 7th ਪੇ ਕਮਿਸ਼ਨ ਦੇ ਹਿਸਾਬ ਨਾਲ ਇਹਨਾਂ ਨੇ ਸਾਫ਼-ਸਾਫ਼ ਲਿਖਿਆ ਕਿ 19900 ਰੁਪਏ ਦਿੱਤਾ ਜਾਵੇਗਾ ਇਹਦੇ ਵਿੱਚ ਕੁਛ ਨਾ ਕੁਛ ਜਿਹੜਾ ਤੁਹਾਡਾ 10% ਫੰਡ ਹੈਗਾ ਉਹ ਕੱਟਿਆ ਜਾਏਗਾ ਬਾਕੀ ਇਨ ਹੈਂਡ 10% ਕੱਟ ਕੇ ਤੁਹਾਡੇ ਇਨ ਹੈਂਡ ਹੱਥਾਂ ਦੇ ਵਿੱਚ ਆ ਜਾਇਆ ਕਰੇਗਾ ਤਾਂ ਅਗਲੀ ਗੱਲ ਆ ਗਈ ਬੱਚੇ ਜਿਹੜੀਆਂ 1690 ਪੋਸਟਾਂ ਨੇਗੀਆਂ ਇਹਦੇ ਵਿੱਚ ਇਹਨਾਂ ਨੇ ਇਹਨਾਂ ਦੀ ਬ੍ਰੇਕਆਊਟ ਕੀਤਾਗਾ ਜਿਵੇਂ 600 ਜਿਹੜੀਆਂ ਕਾਸਟ ਕਾਰਡ ਪੋਸਟਾਂ ਨੇਗੀਆਂ ਇਹ ਜਨਰਲ ਕੈਟਾਗਰੀਆਂ ਦੀਆਂ ਨੇਗੀਆਂ ਈਡਬਲਯੂਐਸ ਦੀ ਜਿਹੜੀ ਕੈਟਾਗਰੀ ਦੀਆਂ ਨੇਗੀਆਂ 167 ਸੀਟਾਂ ਨੇਗੀਆਂ ਐਮਬੀ ਕੈਟਾਗਰੀ ਉਹਦੀਆਂ 171 ਸੀਟਾਂ ਨੇਗੀਆਂ ਜਿਹੜੀਆਂ 34 ਸੀਟਾਂ ਨੇਗੀਆਂ ਇਸ ਸ਼ੈਡਿਊਲ ਕਾਸਟ ਐਸਸੀ ਬਾਲਮਿਕੀ ਐਕਸ ਸਰਵਿਸਮੈਨ ਸੈਲਫ ਡਿਪੈਂਡੈਂਟ ਦੀਆਂ ਨੇਗੀਆਂ ਤੁਸੀਂ ਇਹਦੇ ਵਿੱਚੋਂ ਜਿਹੜੀਆਂ ਐਸਸੀ ਸਿਰਫ ਜਿਹੜੇ ਅਦਰ ਰਹਿ ਗਏ ਉਹਨਾਂ ਦੀ 167 ਨੇਗੀਆਂ ਐ ਐਸਸੀ ਅਦਰ ਦੀਆਂ ਵੀ 167 ਆਗੀਆਂ ਤੇ ਈਡਬਲਯੂਐਸ ਦੀਆਂ ਵੀ 167 ਨੇਗੀਆਂ ਠੀਕ ਐ ਤਾਂ ਆਪਣੀ ਆਪਣੀ ਤੁਸੀਂ ਜਿਹੜੀ ਕੈਟਾਗਰੀ ਆ ਕੀ ਤੁਸੀਂ ਇਹਦੇ ਵਿੱਚੋਂ ਦੇਖ ਸਕਦੇ ਹੋ ਕਿ ਕਿਹੜੀ ਕੈਟਾਗਰੀ ਦੇ ਵਿੱਚ ਫਿੱਟ ਆਉਂਗੇ 1690 ਟੋਟਲ ਪੋਸਟਾਂ ਨੇ ਇਸ ਚੀਜ਼ ਬਾਰੇ ਮੈਂ ਤੁਹਾਨੂੰ ਇੱਕ ਦੋ ਗੱਲਾਂ ਹੋਰ ਦੱਸਣੀਆਂ ਚਾਹੁੰਦਾ ਬੱਚਿਓ ਉਹ ਇਹ ਨੇਗੀਆਂ ਕਿ ਪਹਿਲੀ ਗੱਲ ਤਾਂ ਜਿਹਦਾ ਕੋਲੇ ਵੀ ਈਡਬਲਯੂਐਸ ਦਾ ਸਰਟੀਫਿਕੇਟ ਬਣਿਆ ਹੋਇ ਔਰ ਉਹਨਾਂ ਵਾਸਤੇ ਸਿਰਫ ਔਰ ਸਿਰਫ 167 ਸੀਟਾਂ ਹੀ ਨੇਗੀਆਂ ਇਹ ਮੈਂ ਗੱਲ ਦੱਸ ਰਿਹਾ ਹੁਣ ਤੱਕ ਜੋ ਹੁੰਦਾ ਆਇਆ ਹੈਗਾ ਬਿਜਲੀ ਬੋਰਡ ਦੇ ਵਿੱਚ ਵੀ 167 ਸੀਟਾਂ ਜੇ ਬੱਚੇ 180 ਸਿਲੈਕਟ ਹੋ ਗਏ ਤਾਂ ਉਹ 167 ਰੱਖੇ ਜਾਣਗੇ ਬਾਕੀ ਬੱਚਿਆਂ ਨੂੰ ਜਨਰਲ ਦੇ ਵਿੱਚ ਸ਼ਿਫਟ ਨਹੀਂ ਕੀਤਾ ਜਾਂਦਾ ਹੈਗਾ ਹੁਣ ਤੱਕ ਇਹ ਹੁੰਦਾ ਆਇਆ ਹੈਗਾ ਤੇ ਉਹਨਾਂ ਨੂੰ ਆਪਣੀ ਕੈਟਾਗਰੀ ਦੇ ਵਿੱਚ ਹੀ ਪੋਸਟ ਮਿਲੂਗੀ ਦੂਜੀ ਜਿਹੜੇ ਹੈਗੇ ਹੈਗੀ ਐਸਸੀ ਕੈਟਾਗਰੀ ਜਾਂ ਫਿਰ ਬਾਕੀ ਕੈਟਾਗਰੀਆਂ ਨੇ ਕਿ ਜਿਹੜੀਆਂ ਜੇ ਬਾਈ ਚਾਂਸ ਇਹਨਾਂ ਬੱਚਿਆਂ ਦੇ ਮੰਨ ਲਓ ਕਿਸੇ ਦੇ ਨੰਬਰ 70 ਆ ਗਏ ਠੀਕ ਹੈ ਜੀ ਤੇ ਨਾਰਮਲ ਜਿਹੜਾ ਬਾਕੀ ਇਹ ਜਿਹੜੇ 70 ਨੰਬਰ ਹੈ ਕਿਸੇ ਐਸਸੀ ਕੈਟਾਗਰੀ ਦੇ ਬੱਚੇ ਦੇ ਆਗੇ ਠੀਕ ਹੈ ਜੀ ਤੇ ਦੂਜਾ ਇੱਕ ਹੈਗਾ ਜਨਰਲ ਕੈਟਾਗਰੀ ਦਾ ਬੱਚਾ ਉਹਦੇ ਹੈਗੇ ਆਗੇ 68 ਤਾਂ ਜਿਹੜੀ ਇਹ ਕੈਟਾਗਰੀ ਇਹ 70 ਆਗੇ ਜਿਹੜੇ ਇਹ ਜਨਰਲ ਕੈਟਾਗਰੀ ਦੇ ਵਿੱਚ ਕਨਸੀਡਰ ਹੋਊਗੀ ਐਸਸੀ ਦੇ ਬੱਚੇ ਦੀ ਜਿਹੜੀ ਆ ਸੀਟ ਹੈਗੀ ਇਹ ਜਿਹੜੀ ਹੈਗੀ ਐਸਸੀ ਦੇ ਵਿੱਚੋਂ ਨਹੀਂ ਘਟੂਗੀ ਜਨਰਲ ਚੋਂ ਘਟੂਗੀ ਤਾਂ ਕਹਿਣ ਦਾ ਭਾਵ ਜਿਹੜੀਆਂ ਇਹ 661 ਸੀਟਾਂ ਨੇ ਇਹ 661 ਟੋਟਲ ਸਾਰੇ ਜਨਰਲ ਵਾਸਤੇ ਨਹੀਂ ਹੈਗੀਆਂ ਇਹਦੇ ਵਿੱਚ ਜੇ ਐਸਸੀ ਜਾਂ ਬੀਸੀ ਆਉਣਗੇ ਜੇ ਤਾਂ ਉਹਨਾਂ ਨੂੰ ਇਹ ਸੀਟਾਂ ਦੇ ਦਿੱਤੀਆਂ ਜਾਣਗੀਆਂ ਜੇ ਜਨਰਲ ਕੈਟਾਗਰੀ ਦੇ ਬੱਚਿਆਂ ਦੇ ਜਿੰਨੇ ਨੰਬਰ ਵੱਧ ਹੋਣਗੇ ਤਾਂ ਉਹ ਇਹ 668 ਸੀਟਾਂ ਲਿਆ ਸਕਦੇ ਹੈਗੇ ਫਿਰ ਉਹਨਾਂ ਨੂੰ ਹਰੇਕ ਕੈਟਾਗਰੀ ਦੇ ਬੱਚੇ ਨੂੰ ਆਪੋ ਆਪਣੀ ਕੈਟਾਗਰੀ ਦੇ ਵਿੱਚ ਫਿੱਟ ਹੋਣਾ ਪਊਗਾ ਇਹ ਹੀ ਜਿਹੜੀ ਗੱਲ ਸੀ ਇਹ ਤੁਹਾਨੂੰ ਦੱਸਣ लायक ਸੀਗੀ ਤਾਂ ਕੋਸ਼ਿਸ਼ ਕਰ ਰਹੇ ਹੋ ਕਿ ਆਪਣੀ ਆਪਣੀ ਕੈਟਾਗਰੀ ਦੇ ਵਿੱਚ ਪੋਸਟ ਭਰਨੀ ਹੈਗੀ ਦੂਜੀ ਕੋਸ਼ਿਸ਼ ਜਨਰਲ ਕੈਟਾਗਰੀ ਦੇ ਬੱਚਿਆਂ ਨੂੰ ਮੈਂ ਖਾਸ ਕਹਿਣਾ ਚਾਹਣਾਗਾ ਬੱਚਿਓ ਕਿ ਜੇ ਤੁਸੀਂ ਪੇਪਰ ਦੇ ਵਿੱਚ ਬੈਠੋਗੇ ਤੁਹਾਨੂੰ ਤਿਆਰੀ ਦੇ ਨਾਲ ਜਾਣਾ ਪਏਗਾ ਬਿਨਾ ਤਿਆਰੀ ਦੇ ਵਿੱਚ ਪੇਪਰ ਦੇ ਵਿੱਚ ਜਾਓਗੇ ਤੁਹਾਡੇ ਸੀਟਾਂ ਜਿਹੜੀਆਂ ਨੇਗੀਆਂ ਉਹ ਕੱਟ ਜਾਣਗੀਆਂ ਤੁਹਾਡੇ ਵਾਸਤੇ ਕਿ ਜਿੰਨੇ ਵੀ ਰਿਜ਼ਰਵਡ ਕੈਟਾਗਰੀ ਦੀਆਂ ਨੇਗੀਆਂ ਰਿਜ਼ਰਵਡ ਕੈਟਾਗਰੀ ਮਤਲਬ ਜਿਹੜੀਆਂ ਛੇਠਾਂ ਕੈਟਾਗਰੀਆਂ ਦਿੱਤੀਆਂ ਹੋਈਆਂ ਨੇਗੀਆਂ ਚਾਹੋ ਪੀ ਡਬਲਯੂ ਡੀ ਦੇ ਨੇਗੀਆਂ ਜਿਹੜੇ ਡਿਸੇਬਿਲਟੀ ਪਰਸਨ ਨੇਗੇ ਜਾਂ ਐਸ ਸੀ ਕੈਟਾਗਰੀ ਦੇ ਬੱਚੇ ਨੇਗੇ ਐਮ ਬੀ ਕੈ ਕ 2022 ਤੋਂ ਬਾਅਦ ਨਵਾਂ ਸਰਟੀਫਿਕੇਟ ਬਣਿਆ ਹੋਣਾ ਚਾਹੀਦਾ ਹੈਗਾ ਡੋਮਿਸਾਈਲ ਸਰਟੀਫਿਕੇਟ ਠੀਕ ਹੈ ਇਹ ਗੱਲ ਜਰੂਰੀ ਯਾਦ ਰੱਖਣ ਵਾਲੀ ਹੈਗੀ ਕਿਹਦੇ ਡਿਪਾਰਟਮੈਂਟ ਕਿੰਨੇ ਵੀ ਸੀਟਾਂ ਵਧਾ ਆ ਜਾਂ ਘਟਾ ਸਕਦਾ ਇਹ ਡਿਪਾਰਟਮੈਂਟ ਦੇ ਉੱਪਰ ਹੁੰਦਾ ਹੈਗਾ ਕੋਈ ਫਾਈਨਲ ਨਹੀਂ ਹੁੰਦਾ ਹੈਗਾ ਵੀ ਇੰਨੇ ਹੀ ਹੋਵੇ ਮੇਨ ਜਿਹੜੀ ਇਹਨਾਂ ਨੇ ਬੋਲਡ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਨੋ ਸੈਪਰੇਟ 33 ਰਿਜ਼ਰਵੇਸ਼ਨ ਸ਼ਲ ਬੀ 기ਵਨ ਟੂ ਦਾ ਊਮਨ ਕੈਂਡੀਡੇਟ ਫਾਰ ਦਾ ਪੋਸਟ ਆਫ ਅਸਿਸਟੈਂਟ ਲਾਈਨਮੈਨ ਕਿ ਆਦਰਵਾਈਜ਼ ਹੁਣ ਤੱਕ ਕੀ ਸੀਗਾ ਵੀ 100 ਦੇ ਵਿੱਚੋਂ 33 ਜਿਹੜੀਆਂ ਸੀਟਾਂ ਸੀਗੀਆਂ ਉਹ ਫੀਮੇਲ ਕ PSPCL ਦੁਆਰਾ ਇਹ ਦੇਖਿਆ ਗਿਆ ਹੈ ਕਿ ਇਸ ਪੋਸਟ ਦੇ ਉੱਪਰ ਜ਼ਿਆਦਾਤਰ ਇਹ ਜਿਹੜੀ ਪੋਸਟ ਹੈਗੀ ਐਲਮ ਦੀ ਜਿਹੜੀ ਪੋਸਟ ਹੈਗੀ ਇਹ ਥੋੜੀ ਫੀਲਡ ਵਾਲੀ ਜੌਬ ਹੈਗੀ ਤਾਂ ਇੱਥੇ ਊਮਨਸ ਵਾਸਤੇ ਕੋਈ ਰਿਜ਼ਰਵ ਕੋਟਾ ਨਹੀਂ ਰੱਖਿਆ ਗਿਆ। ਬੀ ਦੀ ਕੁਆਲੀਫਿਕੇਸ਼ਨ ਕੀ ਹੈਗੀ? ਇਹਦੇ ਵਿੱਚ ਲਿਖਿਆ ਹੈ میٹرਿਕੁਲੇਸ਼ਨ ਔਰ ਇਕੁਇਵਲੈਂਟ ਐਂਡ ਐਨਸੀਐਸੀ ਸਰਟੀਫਿਕੇਟ। ਇਹਦੇ ਵਿੱਚ ਥੋੜੀ ਜਿਹੀ ਇੱਕ ਚੀਜ਼ ਲਿਖਣੀ ਉਹ ਛੱਡ ਗਏ ਉਹ ਲਿਖਣੀ ਸੀਗੀ ਆਈਟੀਆਈ ਤੁਸੀਂ ਕਹੋਗੇ ਆਈਟੀਆਈ ਦੀ ਤਾਂ ਲੋੜ ਹੀ ਨਹੀਂ ਹੈਗੀ ਜਿਨ੍ਹਾਂ ਨੇ ਸਿਰਫ میٹرਿਕੁਲੇਸ਼ਨ ਲਿਖਿਆ ਹੋਇਆ ਇਹਦੇ ਵਾਸਤੇ ਵਿੱਚੋਂ ਮੈਂ ਤੁਹਾਨੂੰ ਇੱਕ ਛੋਟੀ ਗੱਲ ਦੱਸਦਾ ਜੀ ਪਹਿਲਾਂ 10ਵੀਂ ਕੀਤੀ ਜਾਂਦੀ ਹੈਗੀ ਠੀਕ ਹੈ 10ਥ ਤੋਂ ਬਾਅਦ ਆਈਟੀਆਈ ਆ ਜਿਨ੍ਹਾਂ ਦੀ ਆਈਟੀਆਈ ਕੀਤੀ ਹੁੰਦੀ ਹੈ ਸਿਰਫ ਉਹਨਾਂ ਬੱਚਿਆਂ ਦੀ ਹੀ ਅਪਰੈਂਟਸ਼ਿਪ ਲੱਗਦੀ ਹੈਗੀ ਤੇ ਉਹਨਾਂ ਨੂੰ ਹੀ ਐਨਏਸੀ ਦਾ ਸਰਟੀਫਿਕੇਟ ਮਿਲਦਾ ਹੈਗਾ ਕੋਈ ਐਹਾ ਜਿਹਾ ਬੱਚਾ ਨਹੀਂ ਹੋਊਗਾ ਜਿਹਨੂੰ 10ਵੀਂ ਤੋਂ ਬਾਅਦ ਜਿਹਦੀ ਅਪਰੈਂਟਸ਼ਿਪ ਲੱਗ ਜੇ ਹਨਾ ਇਹ ਕਾਮਰਸ ਸੈਂਸ ਦੀ ਗੱਲ ਆਗੀ ਤਾਂ ਕਰਕੇ ਇਹਨਾਂ ਨੇ ਆਈਟੀਆਈ ਨਹੀਂ ਲਿਖਿਆ ਇਹਨਾਂ ਨੇ ਕਿਹਾ ਹੈਗਾ ਵੀ ਮਸਟ ਹੈਵ ਜਦ ਤੱਕ 10ਵੀਂ ਪਲੱਸ ਉਹਦੇ ਨਾਲ ਕੀ ਹੋਵੇ ਐਨਏਸੀ ਦਾ ਸਰਟੀਫਿਕੇਟ ਹੋਵੇ ਨੈਸ਼ਨਲ ਅਪਰੈਂਟਸ਼ਿਪ ਸਰਟੀਫਿਕੇਟ ਹੋਵੇ ਹੋਵੇ ਕਾਦੇ ਵਿੱਚ ਅਲਾਈਨਮੈਂਟ ਟ੍ਰੇਡ ਦੇ ਵਿੱਚ ਹੋਵੇ ਇਹ ਵੀ ਜ਼ਰੂਰੀ ਇਹਨਾਂ ਨੇ ਲਿਖਿਆ ਹੋਈ ਹੈ ਗੱਲ ਇਹ ਤੇ ਠੀਕ ਹੈ ਬੱਚਿਓ ਅਗਲਾ ਅਗਲੀ ਗੱਲ ਲਿਖੀ ਹੈ ਮੰਨ ਲਓ ਕਿਸੇ ਬੱਚੇ ਨੇ ਹੁਣ ਡਿਪਲੋਮਾ ਕਰ ਲਿਆ ਜਾਂ ਕਿਸੇ ਬੱਚੇ ਨੇ ਆਈਟੀਆ ਅਪਰੈਂਟਸ਼ਿਪ ਕਰਨ ਤੋਂ ਬਾਅਦ 2-3 ਸਾਲ ਵਿਹਲਾ ਸੀ ਉਹਨੇ ਡਿਪਲੋਮਾ ਕਰ ਲਿਆ ਤੇ ਬੇਸ਼ੱਕ ਡਿਪਲੋਮਾ ਕਰ ਲਿਆ ਚਾਹੇ ਉਹਨੇ ਬੀਟੈਕ ਕਰ ਲਈ ਪਰ ਘੱਟੋ-ਘੱਟ ਉਹਦੇ ਕੋਲੇ ਐਨਏਸੀ ਦਾ ਸਰਟੀਫਿਕੇਟ ਹੋਣਾ ਹੀ ਚਾਹੀਦਾ ਕੋਈ ਬੱਚਾ ਜਿਹਨੇ ਕੱਲਾ ਡਿਪਲੋਮਾ ਕੀਤਾਗਾ ਜਾਂ ਆਈਟੀਆਈ ਤੋਂ ਬਾਅਦ ਡਿਪਲੋਮਾ ਕੀਤਾਗਾ ਤੇ ਉਸ ਤੋਂ ਬਾਅਦ ਡੀਬੀਟੈਕ ਕਰ ਲਈ ਪਰ ਐਨਏਸੀ ਸਰਟੀਫਿਕੇਟ ਨਹੀਂ ਹੈਗਾ ਐਨਏਸੀ ਦਾ ਮਤਲਬ 프ੈਂਟਸ਼ਿਪ ਨਹੀਂ ਕੀਤੀ ਹੋਈ ਹੈਗੀ ਤਾਂ ਉਹ ਇਸ ਪੋਸਟ ਵਾਸਤੇ ਐਲੀਜੀਬਲ ਨਹੀਂ ਹੈ ਇਹ ਗੱਲ ਯਾਦ ਰੱਖਣੀ ਹੈ ਬੱਚਿਓ ਫालतू ਪੈਸੇ ਖਰਾਬ ਨਾ ਕਰੋ ਪੇਪਰ ਦੇਖਣ ਵਾਸਤੇ ਜਾਣਾ ਅੱਡ ਗੱਲ ਹੈਗੀ ਪਰ 프ੈਂਟਸ਼ਿਪ ਤੋਂ ਬਿਨਾ ਤੁਹਾਨੂੰ ਸੀਟ ਨਹੀਂ ਮਿਲਣੀ ਚਾਹੀਦੀ ਚਾਹੇ ਤੁਸੀਂ ਨੰਬਰ ਕਿੰਨੇ ਮਰਜੀ ਲੈ ਲਿਓ ਇਹ ਹੋਣਾ ਚਾਹੀਦਾ ਤੁਹਾਡੇ ਕੋਲੇ ਤੁਹਾਡੀ ਐਨਏਸੀ ਜਿਹੜੀ ਸਾਡਾ ਜਿਹੜਾ ਹੈਗਾ ਇਹ ਕੰਪਲੀਟ ਹੋਣੀ ਚਾਹੀਦੀ ਹੈਗੀ ਨੈਸ਼ਨਲ ਪ੍ਰੈਂਟਰਸ਼ਿਪ ਸਰਟੀਫਿਕੇਟ ਆੜੇ ਕੰਪਲੀਟ ਹੋਣਾ ਚਾਹੀਦਾ ਤੁਹਾਡੀ ਜਿਹੜੀ ਪ੍ਰੈਂਟਰਸ਼ਿਪ ਆ ਉਹ ਕੰਪਲੀਟ ਹੋ ਜਾਣੀ ਚਾਹੀਦੀ ਹੈਗੀ ਜਿੱਦੇ ਡਾਕੂਮੈਂਟ ਚੈਕਿੰਗ ਹੋਣੀ ਹੈ ਉਸ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲੇ ਸਰਟੀਫਿਕੇਟ ਹੋ ਜਾਣਾ ਚਾਹੀਦਾ ਹੈਗਾ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਆਗੀ ਪੰਜਾਬੀ ਹੋਣੀ ਚਾਹੀਦੀ ਹੈਗੀ ਬੱਚਿਓ ਐਟ ਲੀਸਟ ਮੈਟ੍ਰਿਕਿਉਲੇਸ਼ਨ ਲੈਵਲ ਤੱਕ ਦੀ ਪੰਜਾਬੀ ਤੁਹਾਨੂੰ ਹੋਣੀ ਚਾਹੀਦੀ ਹੈਗੀ ਠੀਕ ਹੈ ਜੀ ਉਸ ਤੋਂ ਬਾਅਦ ਅਪ ਟੂ ਲਾਸਟ ਡੇਟ ਆਫ ਉਦੋਂ ਪਹਿਲਾਂ ਪਹਿਲਾਂ ਹੋਣੀ ਚਾਹੀਦੀ ਨੇ ਲਿਖਿਆ ਬਸ ਹੈ ਪਾਸਡ ਪੰਜਾਬੀ ਆਫ ਐਟ ਲੀਸਟ ਮੈਟ੍ਰਿਕਿਉਲੇਸ਼ਨ অর ਇਟਸ ਇਕੁਇਵਲੈਂਟ ਲੈਵਲ ਅਪ ਟ ਮਤਲਬ ਪਹਿਲਾਂ ਕਈ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਸਾਲ ਦੇ ਅੰਦਰ ਅੰਦਰ ਬੰਦਾ ਪੰਜਾਬੀ ਕਰ ਸਕਦਾ ਹੈਗਾ ਪਰ ਇਹਨਾਂ ਨੇ ਇੱਥੇ ਸਾਫ਼-ਸਾਫ਼ ਲਿਖਿਆ ਹੈ ਕਿ 29 ਅੱਠ ਤੋਂ ਪਹਿਲਾਂ ਪਹਿਲਾਂ ਪੰਜਾਬੀ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਬਾਅਦ ਦੇ ਵਿੱਚ ਜੇ ਤੁਸੀਂ ਕਹੋਗੇ ਮੈਂ ਪੰਜਾਬੀ ਇੱਕ ਸਾਲ ਦੇ ਅੰਦਰ ਕਲੀਅਰ ਕਰ ਲਊਗਾ ਉਹ ਇੱਥੇ ਐਲੀਜੀਬਲ ਨਹੀਂ ਹੈਗਾ ਤਾਂ ਅਦਰ ਸਟੇਟ ਨੂੰ ਸ਼ਾਇਦ ਰੋਕਣ ਵਾਸਤੇ ਇਹ ਕੰਮ ਕੀਤਾ ਗਿਆ ਹੋਵੇ ਕਿ ਅਦਰ ਦੇ ਸਟੇਟ ਦੇ ਬੱਚੇ ਪਹਿਲਾਂ ਲੱਗ ਜਾਂਦੇ ਸੀਗੇ ਪੋਸਟਾਂ ਲੈ ਜਾਂਦੇ ਸੀਗੇ ਉਸ ਤੋਂ ਬਾਅਦ ਕੀ ਸੀਗਾ ਕਿ ਉਹ ਕਹਿੰਦੇ ਸੀ ਵੀ ਇੱਕ ਸਾਲ ਦੇ ਅੰਦਰ ਅੰਦਰ ਸੀ ਪੜ੍ਹ ਲੈਣੇ ਆ ਤਾਂ ਉਸ ਚੀਜ਼ ਨੂੰ ਇੱਥੇ ਦੂਰ ਕੀਤਾ ਗਿਆ ਹੈਗਾ ਅਗਲੀ ਏਜ ਹੈਗੀ ਉਹ ਠੀਕ ਹੈ ਜੀ ਇਹਦੀ ਏਜ ਹੈਗੀ 18 ਘੱਟੋ ਘੱਟ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ 37 ਇਸ ਤੋਂ ਬਾਅਦ ਏਜ ਬਾਰੇ ਕਲੈਰੀਫਿਕੇਸ਼ਨ ਕੀਤੀ ਗਈ ਹੈ ਕਿ ਏਜ ਦੀ ਕਲੈਰੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਲਿਖਿਆ ਹੈਗਾ ਕਿ ਐਸਸੀ ਕੈਟਾਗਰੀ ਤੇ ਬੀਸੀ ਕੈਟਾਗਰੀ ਇਹਨਾਂ ਦੋਨਾਂ ਕੈਟਾਗਰੀਆਂ ਵਾਸਤੇ 5 ਸਾਲ ਦੀ ਏਜ ਐਗਜ਼ਮਟ ਹੈਗੀ ਨਾਰਮਲ ਰਿਕਰੂਟਮੈਂਟ ਤੋਂ ਨਾਰਮਲ ਰਿਕਰੂਟਮੈਂਟ ਦੀ ਏਜ ਹੈਗੀ 37 ਤੇ 37 ਦੇ ਵਿੱਚ ਜੇ ਆਪਾਂ 5 ਜੋੜੀਏ ਤਾਂ ਇਹ ਕੁੱਲ ਤੁਹਾਡੇ ਕੋਲੇ ਬਣ ਗਈ ਕਿੰਨੀ ਜੀ 42 ਸਾਲ ਤਾਂ 42 ਸਾਲ ਤੱਕ ਤੁਸੀਂ ਭਰ ਸਕਦੇ ਹੋ ਜਿਹੜੇ ਬੱਚੇ ਹੈਂਡੀਕੈਪਡ ਨੇਗੇ ਪਰਸਨ ਵਿਦ ਡਿਸੇਬਿਲਟੀ ਕੋਈ ਡਿਸੇਬਿਲਟੀ ਹੈ ਜਿਨ੍ਹਾਂ ਨੂੰ 10 ਇਅਰ ਓਵਰ ਅਬੋਵ ਦਾ ਇਹਨਾਂ ਨੂੰ 10 ਸਾਲ ਦੀ ਛੋਟ ਹੈ। ਮਤਲਬ ਉਹਨਾਂ 37 10 ਉਹਨਾਂ ਵਾਸਤੇ 47 ਸਾਲ ਦੀ ਏਜ ਹੈਗੀ। ਇਨ ਕੇਸ ਆਫ ਓਵਰ ਲੇਜ ਏਜ ਲਿਮਿਟ ਵਿਲ ਬੀ 40 ਇਅਰਜ਼ ਵਿਡੋ ਆਗੀ ਜੇ ਕੋਈ ਵੀ ਲੇਡੀ ਜਾਂ ਊਮਨ ਹੂ ਆਰ ਲੀਗਲੀ ਸੈਪਰੇਟਡ ਫਰਮ देयर ਹਸਬੈਂਡਸ ਡਿਵੋਰਸਡ ਮਤਲਬ ਜਿਨ੍ਹਾਂ ਦੇ ਉੱਪਰ ਕੋਈ ਕੇਸਿਸ ਵਗੈਰਾ ਚੱਲਦੇ ਆ ਜਿਨ੍ਹਾਂ ਦੇ ਜਿਹੜੇ ਹਸਬੈਂਡ ਨੇਗੇ ਉਹਨਾਂ ਦੇ ਨਾਲ ਨਹੀਂ ਰਹੇ ਰਹੇ ਹੈਗੇ ਉਹਨਾਂ ਤੋਂ ਜਦ ਤੱਕ ਕੋਈ ਪੱਤਾ ਆ ਰਿਹਾ ਹੈਗਾ ਜਾਂ ਉਹ ਕਿਤੇ ਕ੍ਰਿਮੀਨਲ ਨੇ ਜਾਂ ਕੁਝ ਵੀ ਹੈਗਾ ਉਹਨਾਂ ਵਾਸਤੇ ਜਿਹੜੀ ਏਜ ਹੈਗੀ ਉਹ 40 ਈਅਰ ਹੈਗੀ ਠੀਕ ਹੈ ਇਹ ਵੀ ਇੱਥੇ ਧਿਆਨ ਦੇਣ ਜੋ ਗੱਲ ਹੈਗੀ ਸਾਡੇ ਜਿਹੜੇ ਮਤਲਬ ਦੀ ਗੱਲਾਂ ਨੇ ਹੈਗੀਆਂ ਪੇਪਰ ਬਾਰੇ ਪਹਿਲੀ ਗੱਲ ਤਾਂ ਪੇਪਰ ਤਾਂ ਹੋਣਾ ਘਬਰਾਓ ਤੁਸੀਂ ਉਹ ਕਿਉਂ ਨਹੀਂ ਘਬਰਾਉਣਾ ਕਿਉਂਕਿ ਇੱਥੇ ਜਿਹੜੀ ਆ ਚੀਜ਼ ਮੈਂ ਇਹਨੂੰ ਇਹਦੇ ਬਾਅਦ ਚ ਆਉਣਾ ਪਹਿਲਾਂ ਮੈਂ ਇੱਥੇ ਆਉਣਾਗਾ ਇਹਨਾਂ ਨੇ ਦੋ ਤਿੰਨ ਗੱਲਾਂ ਲਿਖੀਆਂ ਮੈਂ ਉਹਦੇ ਬਾਰੇ ਪਹਿਲਾਂ ਡਿਸਕਸ ਕਰਨੀ ਚਾਹਣਾਗਾ ਤੁਹਾਡੇ ਨਾਲ ਜਿਹੜੇ ਬੱਚੇ ਪੇਪਰ ਤੋਂ ਘਬਰਾ ਰਹੇ ਹਨ ਮੈਂ ਸਿਰਫ ਪਹਿਲਾਂ ਉਹਨਾਂ ਨਾਲ ਗੱਲ ਕਰ ਰਿਹਾ ਵੀ ਜਿਹੜੇ ਪੇਪਰ ਤੋਂ ਘਬਰਾ ਰਹੇ ਪੇਪਰ ਕਿਉਂ ਲੈ ਲਿਆ ਬੱਚੇ ਇੱਕ ਛੋਟੀ ਜਿਹੀ ਗੱਲ ਦੇਖੋ ਉਹਨਾਂ ਨੇ ਸਿਰਫ ਕਿਹਾਗਾ ਵੀ ਸਿਰਫ ਤੁਹਾਨੂੰ ਜਿਹਨਾਂ ਦੀ ਜਨਰਲ ਕੈਟਾਗਰੀ ਹੈ ਉਹਨਾਂ ਨੂੰ ਕਿੰਨੇ ਸਿਰਫ 30 ਨੰਬਰ ਚਾਹੀਦੇ ਆ ਤੇਰੇ ਦਰਬ ਕੈਟਾਗਰੀ ਨੂੰ 25 ਚਾਹੀਦੇ ਆ ਹਨਾ ਸਭ ਤੋਂ ਵੱਡੀ ਗੱਲ देयर विल बी ਨੋ 네ਗੇਟਿਵ ਮਾਰਕਿੰਗ 네ਗੇਟਿਵ ਮਾਰਕਿੰਗ ਤਾਂ ਹੈ ਨਹੀਂ ਜੇ 100 ਦੇ ਵਿੱਚੋਂ ਕੋਈ ਬੱਚੇ ਨੂੰ ਥੋੜੇ ਜਿਹੀ ਵੀ ਕੁ ਤਾਂ 10 ਬਾਰੇ ਕੁਐਸਚਨ ਇਕੱਠੇ ਕਰਨੇ 80 ਦੇ ਵਿੱਚ ਤਾਂ ਕਿਸੇ ਇੱਕ ਦੇ ਵੀ ਟਿੱਕ ਲਾ ਜਾਵੇ ਨਾ ਤਾਂ ਵੀ ਉਹਦੇ 10 ਨੰਬਰ ਇਕੱਠੇ ਹੋ ਜਾਣਗੇ ਮੈਂ ਤੈਨੂੰ ਇਹ ਸਲਾਹ ਨਹੀਂ ਦੇ ਰਿਹਾ ਕਿ ਤੁਸੀਂ ਇਹ ਕੰਮ ਕਰੋ ਵੀ ਤੁਸੀਂ ਬਿਲਕੁਲ ਨਾ ਪੜੋ ਐ ਤਾਂ ਜ਼ਰੂਰੀ ਨਹੀਂ ਹੈ ਕਿ ਪਤਾ ਮੈਰਿਟ ਉੱਪਰ ਚਲੀ ਜਾਵੇ ਪੜਨ ਵਾਲੇ ਬੱਚਿਆਂ ਤਾਂ ਹਮੇਸ਼ਾ ਫਾਇਦਾ ਹੁੰਦਾ ਹੀ ਹੁੰਦਾ ਹੈ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈਗੀ ਪਰ ਮਹਿਕਮੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਵੀ ਸੀਟਾਂ ਖਾਲੀ ਨਾ ਰਹਿਣ ਵੀ ਸੀਟਾਂ ਪੂਰੀਆਂ ਪੂਰੀਆਂ ਭਰ ਜਾਣ ਸਿਰਫ 30 ਨੰਬਰ ਵਾਲੇ ਅੱਗੇ 50 ਨੰਬਰ ਲੈਣੇ ਔਖੇ ਹੋ ਜਾਂਦੇ ਸੀ ਥੋੜਾ ਜਿਹਾ ਵੀ ਜਦੋਂ ਔਖਾ ਪੇਪਰ ਆਉਂਦਾ ਸੀਗਾ ERJEE ਕਿਤਾ ਸਿਲੇਬਸ ਘਟਾਤਾ ਉੱਪਰ ਦੀ ਮਿਨਿਮਮ ਕੁਆਲਿਫਿਕੇਸ਼ਨ ਵੀ ਤਾਂ ਘਟਾਤੀ ਨਾ ਬੱਚਿਓ ਤਾਂ ਪਲੀਜ਼ ਜਿਹੜੇ ਵੀ ਬੱਚੇ ਨਵੇਂ ਬੱਚੇ ਕੋਈ ਸੰਘਰਸ਼ ਦੇ ਰਾਹ ਤੇ ਪਏ ਹੋਏ ਨੇ ਉਹ ਆਪਣੀ ਥਾਂ ਤੇ ਸਾਰੇ ਠੀਕ ਨੇਗੇ ਬਟ ਨਾਲ ਦੀ ਨਾਲ ਉਹਨਾਂ ਦਾ ਫਰਜ ਬਣਦਾ ਇਹ ਪੇਪਰ ਵੀ ਨਾਲ ਦੀ ਨਾਲ ਭਰ ਦੇਣ ਤੇ ਤਿਆਰੀ ਵੀ ਕਰ ਲੈਣ ਉਹ ਬੇਸ਼ੱਕ ਕਿੰਨਾ ਵਾਰ ਜੀ ਵੱਡਾ ਸੰਘਰਸ਼ ਵਿੱਡੇ ਪਰ ਨਾਲ ਦੀ ਨਾਲ ਪੇਪਰ ਕੀ ਪਤਾ ਕਿਹੜੇ ਕਿ ਇਧਰਲੇ ਪੱਖ ਦੀ ਜਿੱਤ ਹੋਵੇ ਤਾਂ ਹਰੇਕ ਬੰਦੇ ਨੂੰ ਆਪਾਂ ਨੂੰ ਸੇਫ ਸਾਈਡ ਲੈ ਕੇ ਚੱਲਣੀ ਚਾਹੀਦੀ ਆ ਕਿ ਜੋ ਉਹਨਾਂ ਨੇ ਕਰਨਾ ਉਹ ਕਰਨ ਉਹ ਉਹਨਾਂ ਦੀ ਇੱਛਾ ਕੀ ਪਰ ਪੇਪਰ ਦੀ ਤਿਆਰੀ ਉਹ ਜ਼ਰੂਰ ਕਰ ਲੈਣ ਠੀਕ ਹੈ ਬੱਚਿਓ ਪਰ ਮੈਂ ਇੱਕ ਛੋਟੀ ਸਲਾਹ ਦੇਣਾ ਕਿ ਮੈਨੇਜਮੈਂਟ ਦਾ ਇਹ ਫੈਸਲਾ ਵਧੀਆ ਫੈਸਲਾ ਬੱਚਿਓ ਜੇ ਥੋੜੀ ਜੀ ਤੁਹਾਨੂੰ ਨੌਲੇਜ ਹੋਊਗੀ ਨਾ ਤਾਂ ਫੀਲਡ ਦੇ ਵਿੱਚ ਕੰਮ ਕਰਨਾ ਤੁਹਾਨੂੰ ਸੌਖਾ ਹੋਊਗਾ ਉਹ ਕਿਉਂ ਤੁਹਾਡੀ ਜਾਣ ਤੋਂ ਉੱਪਰ ਕੋਈ ਨੌਕਰੀ ਨਹੀਂ ਹੈਗੀ ਤੁਹਾਡੀ ਜਾਣ ਤੋਂ ਉੱਪਰ ਕੁਝ ਨਹੀਂ ਹੈਗਾ ਤੇ ਇਹ ਜਿਹੜਾ ਬਿਜਲੀ ਦਾ ਕੰਮ ਆ ਕੋਈ ਇੰਨਾ ਸੌਖਾ ਕੰਮ ਨਹੀਂ ਹੈਗਾ ਵੀ ਆਪਾਂ ਬਿਨਾਂ ਨੌਲੇਜ ਤੋਂ ਕਿਸੇ ਖੰਭੇ ਦੇ ਉੱਪਰ ਚੜ ਜਾਈਏ ਤਾਂ ਜੇ ਤੁਸੀਂ ਪੜੀਆਂ ਹੋਣੀਆਂ ਬੇਸਿਕ ਟਰਮਾਂ ਪੜੀਆਂ ਹੋਣੀਆਂ ਜੀ ਇੰਡਕਸ਼ਨ ਕੀ ਹੁੰਦੀ ਹੈਗੀ ਹਨਾ ਇਲੈਕਟ੍ਰਿਕ ਚਾਰਜ ਕੀ ਹੁੰਦਾਗਾ ਕਿ ਕਿੱਦਾਂ ਕਰੰਟ ਹਵਾ ਦੇ ਵਿੱਚ ਆਸਮਾਨੀ ਬਿਜਲੀ ਕਿਵੇਂ ਚਾਰਜ ਕਰ ਸਕਦੀ ਹੈ ਕਿਸੇ ਚੀਜ਼ ਨੂੰ ਆਪਾਂ ਕਿਵੇਂ ਸੈਪਰੇਟ ਕਰ ਸਕਦੇ ਆ ਅਰਥਿੰਗ ਕਿਵੇਂ ਕੀਤੀ ਜਾਂਦੀ ਹੈ ਪ੍ਰੋਪਰ ਜੇ ਬੇਸਿਕ ਬੇਸਿਕ ਚੀਜ਼ਾਂ ਤੁਹਾਨੂੰ ਕਰੰਟ ਕਿੱਧਰੋਂ ਫਲੋ ਹੁੰਦਾ ਹੁੰਦਾ ਹੈ ਰੈਜ਼ਿਸਟੈਂਸ ਦਾ ਕੀ ਮਤਲਬ ਹੁੰਦਾਗਾ ਕਿੱਦਾਂ ਅਸੀਂ ਕਿਸੇ ਚੀਜ਼ ਦੀ ਵੋਲਟੇਜ ਨੂੰ ਵਧਾ ਸਕਦੇ ਆ ਘਟਾ ਸਕਦੇ ਆ ਇਹ ਜੇ ਬੇਸਿਕ ਨੇ ਚੀਜ਼ਾਂ ਪਤਾ ਹੋਣੀਆਂ ਨਾ ਤੁਹਾਨੂੰ ਤਾਂ ਬੱਚਿਓ ਆਪਣੀ ਲਾਈਫ ਦੇ ਵਿੱਚ ਜਿਹੜੀ ਤੁਹਾਡੀ ਜੌਬ ਆ ਗਈ ਉਹ ਕਈ ਗੋਣਾ ਸੌ ਨਹੀਂ ਤਾਂ ਕਿਹੜੀ ਤਾਰ ਜਾ ਰਹੀ ਹੈਗੀ ਉਹ ਤਾਰ ਨੂੰ ਦੇਖ ਕੇ ਥੋੜਾ ਪਤਾ ਲੱਗ ਦੇ ਵਿੱਚ ਬਿਜਲੀ ਹੈਗੀ ਕਿ ਨਹੀਂ ਹੈਗੀ ਤਾਂ ਸਿਰਫ ਉਹ ਕਨਸੈਪਟ ਹੀ ਹੁੰਦੇ ਨੇ ਜਿਹੋ ਸਾਨੂੰ ਜਿਹਦੇ ਨਾਲ ਕੰਫੀਡੈਂਸ ਆਉਂਦਾ ਹੈਗਾ ਇੱਕ ਛੋਟੀ ਜੀ ਗੱਲ ਤੁਹਾਨੂੰ ਇੱਥੇ ਮੈਂ ਡਿਸਕਸ ਕਰਨ ਲੱਗਿਆਂਗਾ ਬੱਚਿਓ ਕਿ ਕੁੱਲ ਜਿਹੜਾ ਬੱਚਾ ਹੈਗਾ ਜਿਨ੍ਹਾਂ ਨੇ ਅਪਰੈਂਟਸ਼ਿਪ ਕੀਤੀ ਹੋਈ ਹੈ 2017 ਤੋਂ ਪਹਿਲਾਂ ਦੀ ਉਹ ਕੁੱਲ ਮਿਲਾ ਕੇ ਕੁਝ 5 600 ਬੱਚਾ ਹੈਗਾ 600 700 ਵੱਧ ਤੋਂ ਵੱਧ ਕਹਿ ਰਿਹਾ ਮੈਂ ਐਗਜ਼ੈਕਟ ਨੰਬਰ ਮੈਨੂੰ ਯਾਦ ਨਹੀਂ ਹੈਗਾ ਪਤਾ ਨਹੀਂ ਹੈਗਾ ਇੰਨੇ ਕੁ ਬੱਚੇ ਹੈਗੇ ਹੁਣ ਜਿਨ੍ਹਾਂ ਨੇ ਅਪਰੈਂਟਸ਼ਿਪ ਕੀਤੀ ਹੈਗੀ ਜਿਹੜਾ ਹੁਣ 1 ਸਾਲ ਤਾਂ 800 ਤੇ 700 ਕਿੰਨਾ ਹੁੰਦਾਗਾ 17 1800 ਦੇ ਨੇੜੇ ਜਿਹੜੀ ਬਣਿਆ ਨਾ ਤਾਂ ਸਿਰਫ ਕਿੰਨੇ ਕ ਬੱਚੇ ਘਟੇ 150 ਬੱਚੇ ਹੀ ਘਟੇ ਹਨ ਇਹਨੇ ਤਾਂ ਬੱਚੇ ਸਾਰੇ ਸੰਸੀਅਰ ਨਹੀਂ ਹੈਗੇ ਵੀ ਸਾਰੇ ਨਹੀਂ ਲੱਗਣਾਗਾ ਤਾਂ ਜਿਹੜੇ ਥੋੜਾ ਜਿਹਾ ਵੀ ਪੜਨਗੇ ਲਗਭਗ ਐ ਲਾ ਲਓ ਵੀ ਸਾਰੇ ਬੱਚਿਆਂ ਦੀ ਜਿੰਨੇ ਬੱਚੇ ਨੇ ਉਹਦੇ ਵਿੱਚ 90% ਬੱਚਿਆਂ ਦੀ ਜਿਹੜੀ ਸਿਲੈਕਸ਼ਨ ਆ ਗਈ ਉਹ ਸ਼ੋਰ ਹੈਗੀ ਸੀ ਟੀਟਾ ਖਾਲੀ ਰਹਿੰਦੀ ਨਹੀਂ ਕਿਉਂਕਿ ਪਰਸੈਂਟੇਜ ਬਹੁਤ ਘਟਾਤੀ ਤਾਂ ਮੈਂ ਤੁਹਾਨੂੰ ਇੱਕੋ ਹੀ ਗੁਜਾਰਿਸ਼ ਕਰਦਾਗਾ ਕਿ ਪੇਪਰ ਵਾਸਤੇ ਪੜੋ ਜ਼ਰੂਰ ਪੇਪਰ ਵਾਸਤੇ ਟਾਈਮ ਖਰਾਬ ਨਾ ਕਰੋ ਸਿਰਫ ਪੜੋ ਇੱਕ ਮਹੀਨਾ ਦੋ ਮਹੀਨਾ ਤੁਹਾਡੇ ਕੋਲੇ ਹੈਗੇ ਨੇਗੇ ਬਹੁਤ ਨੇਗੇ ਸਫੀਸ਼ੀਐਂਟ ਐਨੇ ਕਿ ਨੰਬਰ ਲਾਈਨ ਵਾਸਤੇ ਵਾਧੂ ਆਗੇ ਹੁਣ ਤੁਹਾਨੂੰ ਮੈਂ ਇੱਕ ਹੀ ਚੀਜ਼ ਕਹਿ ਰਿਹਾ ਕਿ ਬੱਚੇ ਪੜਨਾ ਕਿਵੇਂ ਹੈਗਾ ਇਹਦੇ ਵਿੱਚ ਇੱਕ ਚੀਜ਼ ਦੇਖੋ ਜਰ ਇਹਦੇ ਵਿੱਚ ਨਾ 20 ਨੰਬਰ ਦੀ ਕੀ ਹੋਇਆ ਨੇ ਪੰਜਾਬੀ ਗ੍ਰਾਮਰ ਆ ਗਈ 20 ਨੰਬਰ ਦੀ ਇਹ 20 ਦੇ ਵਿੱਚੋਂ 20 ਦੇ 20 ਨੰਬਰ ਹੀ ਆ ਸਕਦਾ ਕਿਉਂਕਿ ਪੰਜਾਬੀ ਗ੍ਰਾਮਰ ਬਹੁਤ ਛੋਟਾ ਜਿਹਾ ਟੌਪਿਕ ਆ ਸਾਡੇ ਚੈਨਲ ਦੇ ਉੱਪਰ ਸਿਰਫ 50 ਰੁਪਏ ਦੇ ਵਿੱਚ ਇਹ ਪੂਰਾ ਕੋਰਸ ਪੰਜਾਬੀ ਗ੍ਰਾਮਰ ਦਾ ਪਿਆਗਾ ਸਿਰਫ 50 ਰੁਪਏ ਦੇ ਵਿੱਚ 50 ਰੁਪਏ ਦੇ ਵਿੱਚ ਤੁਸੀਂ ਪੂਰਾ ਕੋਰਸ ਲੈ ਸਕਦੇ 20 ਨੰਬਰ ਤਾਂ ਇਹਦੇ ਨਾਲੇ ਆ ਉਸ ਤੋਂ ਬਾਅਦ ਜਿਹੜੇ 50 ਕੁਐਸਚਨਸ ਨੇਗੇ ਉਹਦਾ ਸਿਲੇਬਸ ਉਹਨਾਂ ਨੇ ਪਾਇਆ ਹੋਇਆਗਾ ਇਸ ਤੋਂ ਬਾਅਦ ਬੱਚੇ ਅਸੀਂ ਬੇਸਿਕ ਜਿਹੜੇ ਤੁਹਾਡਾ ਸਿਲੇਬਸ ਉਹਦੇ ਬਾਰੇ ਥੋੜੀ ਬਹੁਤੀ ਗੱਲਬਾਤ ਕਰ ਲੈਂਦੇ ਆਂਗੇ ਤਕਨੀਕੀ ਸਿਲੇਬਸ ਆ ਜਿਹੜਾ ਤੁਸੀਂ ਆਈਟੀਆਈ ਦੇ ਵਿੱਚ ਪੜ੍ਹਿਆ ਹੈਗਾ ਉਹਦੇ ਵਿੱਚੋਂ ਤੁਹਾਨੂੰ 50 ਨੰਬਰ ਦਾ ਪੇਪਰ ਆਏਗਾ ਬੱਚਿਓ ਤੁਹਾਡਾ ਪਹਿਲਾ ਚੈਪਟਰ ਦੇ ਵਿੱਚ ਬੁਨਿਆਦੀ ਸੁਰੱਖਿਆ ਜਿਵੇਂ ਦਿੱਤੀ ਹੋਈ ਹੈਗੀ ਸੇਫ ਦੀ ਜਾਣਕਾਰੀ ਨਿੱਜੀ ਸੁਰੱਖਿਆ ਕਿਵੇਂ ਕਰਨੀ ਹੈਗੀ ਅੱਗ ਬਜਾਊ ਜੰਤਰ ਕਿਹੜੇ ਕਿਹੜੇ ਟਾਈਪ ਦੇ ਹੁੰਦੇ ਆ ਏ ਟਾਈਪ ਬੀ ਟਾਈਪ ਸੀ ਟਾਈਪ ਫਾਇਰਾਂ ਜਿਹੜੀਆਂ ਅੱਗ ਹੁੰਦੀਆਂ ਨੇ ਉਹ ਕਿਹੜੀਆਂ ਕਿਹ ਦੂਜਾ ਤੁਹਾਨੂੰ ਪੁੱਛਿਆ ਗਿਆ ਯੂਨਿਟਾਂ ਕਿਹੜੀਆਂ ਹੁੰਦੀਆਂ ਇਲੈਕਟ੍ਰਿਕ ਕਰੰਟ ਰਜਿਸਟੈਂਸ ਦੀਆਂ ਯੂਨਿਟਾਂ ਕੀ ਹੁੰਦੀਆਂ ਕਿਸਮਾਂ ਕੀ ਹੁੰਦੀਆਂ ਨੇਗੀਆਂ ਠੀਕ ਹੈ ਤੇ ਤੀਜਾ ਹੈਗਾ ਸਧਾਰਨ ਲਾ ਜਿਵੇਂ ਓਮ ਦਾ ਲਾ ਹੋ ਗਿਆ ਤੁਹਾਡਾ ਠੀਕ ਹੈ ਕੇਸੀਐਲ ਲਾ ਹੋ ਗਿਆ ਤੁਹਾਡਾ ਕੀ ਕਿਰਚਫ ਕਰੰਟ ਲਾ ਕਿਰਚਫ ਵੋਲਟੇਜ ਲਾ ਇਹ ਸਾਰੇ ਇਹਦੇ ਵਿੱਚ ਪੁੱਛੇ ਜਾਣਗੇ ਉਸ ਤੋਂ ਬਾਅਦ ਅਲਟਰਨੇਟਰ ਕਰੰਟ ਏਸੀ ਸਰਕਟ ਬਾਰੇ ਵੀ 3 ਫੇਸ ਏਸੀ ਸਪਲਾਈ ਕੀ ਹੁੰਦੀ ਹੈਗੀ ਤੇ ਬੋਲਟੇਜ ਜਿਹੜੀ ਹੈ ਫੇਸ ਵੋਲਟੇਜ ਲਾਈਨ ਵੋਲਟੇਜ 스타 ਡੈਲਟਾ ਕਨੈਕਸ਼ਨ ਕੀ ਹੁੰਦੇ ਨੇਗੇ ਠੀਕ ਹੈ ਇਹਦੇ ਵਿੱਚ ਸਾਰੇ ਜਿਵੇਂ ਪ੍ਰੋਪਰ ਨਹੀਂ ਦਿੱਤੇ ਜ ਹੁਣ ਜੇ ਆਪਾਂ ਸਿਰਫ ਇਸ ਸਿਲੇਬਸ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਸਿਰਫ 4 ਪੇਜਾਂ ਦਾ ਸਿਲੇਬਸ ਆ ਬੀਏਸੀ ਕਰੰਟ ਕੀ ਹੁੰਦਾ ਇੱਕ ਡੈਫੀਨੇਸ਼ਨ ਹੋ ਗਈ ਇਹਦੀ ਡਾਇਰੈਕਟ ਕਰੰਟ ਕੀ ਹੁੰਦਾ ਇੱਕ ਡੈਫੀਨੇਸ਼ਨ ਦੂਜੀ ਲਾਈਨ ਇਹ ਹੋ ਗਈ ਤੀਜੀ ਲਾਈਨ ਦੇ ਵਿੱਚ ਫੇਸ ਕਰੰਟ ਦੇ ਲਾਈਨ ਵੋਲਟੇਜ ਇੱਕ ਮਿੰਟ ਦਾ ਟਾਪਿਕ ਆ ਫੇਸ ਵੋਲਟੇਜ ਕੀ ਹੁੰਦੀ ਆ ਲਾਈਨ ਵੋਲਟੇਜ ਕੀ ਹੁੰਦੀ ਆ ਕਰੰਟ ਦੇ ਪਾਵਰ ਵਿਚਕਾਰ ਸੰਤੁਲਿਤ ਸੰਤੁਲਿਤ ਲੋਡ ਕੀ ਹੁੰਦਾ ਹੈਗਾ ਮਤਲਬ ਇਹ ਸਿਰਫ ਇੱਕ ਪੇਜ ਆ ਪਰ ਇਹਦੇ ਅੰਦਰ ਬੱਚੇ ਟਾਪਿਕ ਬਹੁਤ ਲੁਕੇ ਹੋਏ ਆ ਜਿਵੇਂ ਸਟਾਰ ਕਨੈਕਸ਼ਨ ਕੀ ਹੁੰਦੇ ਨੇਗੇ ਡੈਲਟਾ ਕਨੈਕਸ਼ਨ ਕੀ ਹੁੰਦੇ ਆਗੇ ਜਿਵੇਂ ਇਹਨਾਂ ਨੇ ਸੰਤੁਲਿਤ ਲੋਡ ਲਿਖਿਆ ਹੈਗਾ ਵੀ ਸੰਤੁਲਿਤ ਲੋਡ ਕਿਹੜਾ ਹੁੰਦਾ ਸਟਾਰ ਹੁੰਦਾ ਕਿ ਡੈਲਟਾ ਹੁੰਦਾਗਾ ਕਿਹੜਾ ਅਸੰਤੁਲਿਤ ਲੋਡ ਹੁੰਦਾਗਾ ਜੇ ਅਸੰਤੁਲਿਤ ਲੋਡ ਹੋਵੇ ਤਾਂ ਉਹਨੂੰ ਸੰਤੁਲਿਤ ਕਰਨ ਵਾਸਤੇ ਕੀ ਕੀਤਾ ਜਾਂਦਾਗਾ ਜਾਂ ਕਿਹੜੇ-ਕਿਹੜੇ ਉਹ ਮੈਥਡ ਨੇਗੇ ਜਿਨ੍ਹਾਂ ਦੇ ਨਾਲ ਆਪਾਂ ਬਚਾਅ ਕਰ ਸਕਦੇ ਆਂਗੇ ਤਾਂ ਇਹ ਹੀ ਟਾਪਿਕ ਇਹਨਾਂ ਨੇ ਲਿਖ ਕੇ ਨਹੀਂ ਦੱਸੇ ਹੋਏ ਆਗੇ ਪਰ ਪੇਪ ਠੀਕ ਹੈ ਜੀ ਤਾਂ ਅਰਥਿੰਗ ਜਿਵੇਂ ਬਾਰੇ ਦੱਸਿਆ ਵੀ ਅਰਥਿੰਗ ਕਿਹੜੇ ਕਿਹੜੇ ਹੁੰਦੀ ਹੈ ਇਹ ਸਿੰਪਲ ਹਨ ਨੇ ਦੱਸਿਆ ਹੋਇਆ ਇਹ ਤੁਹਾਨੂੰ ਟਾਪਿਕ ਦੇ ਵਿੱਚੋਂ ਮਿਲੇ ਜਾਏਗਾ ਉਹ ਮੀਟਰ ਬਣਦਾ ਕਿਵੇਂ ਹੈਗਾ ਕਿਹੜੀ ਉਹਦੀ ਕੰਸਟਰਕਸ਼ਨ ਹੁੰਦੀ ਹੈਗੀ એનર્ਜੀ ਮੀਟਰ ਜਿਹੜਾ ਉਹ ਉਹਦੀ ਜਿਹੜੀ ਕਿੰਨੀਆਂ ਕੋਇਲਾਂ ਹੁੰਦੀਆਂ ਨੇ ਕਿਹੜੀ ਪ੍ਰੈਸ਼ਰ ਕੋਇਲ ਹੁੰਦੀ ਹੈ ਕਿਹੜੀ ਉਹਦੇ ਕਰੰਟ ਕੋਇਲ ਹੁੰਦੀ ਹੈਗੀ ਠੀਕ ਹੈ ਜਿਵੇਂ ਆਹ ਟਰਾਂਸਫਾਰਮਰ ਦੀ ਕਿਸਮਾਂ ਨੇ ਸਿਰਫ ਪਾਵਰ ਦੇ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਕਹਿ ਕੇ ਖਤਮ ਕਰਦਾ ਅੱਗੇ ਇਹਦੇ ਵਿੱਚ ਬਹੁਤ ਗੋਸ਼ ਆਗੇ ਇਹਦੇ ਨਿਊਮੈਰਿਕਲ ਲੇਗੇ ਜਿਹੜੀ ਜਿਹੜੀ ਟਰਨੈਸ਼ਨ ਹੁੰਦੀ ਹੈਗੀ ਨੰਬਰਿਕਲ ਬਣਦੇ ਆ ਉਹਨਾਂ ਨੇ ਲਿਖਿਆ ਨਹੀਂ ਹੋਇਆ ਕਿ ਸਿਰਫ ਕਿਸਮਾ ਲਿਖ ਕੇ ਛੱਡਦਾ ਪਰ ਉਹ ਚੀਜ਼ਾਂ ਤੁਹਾਨੂੰ ਪੜਨੀ ਬਹੁਤ ਜ਼ਰੂਰੀ ਹੈ ਕਿਉਂਕਿ ਹਰੇਕ ਪੇਪਰ ਦੇ ਵਿੱਚ ਉਹ ਪੁੱਛਿਆ ਜਾਂਦਾ ਹੈਗਾ ਓਵਰਹੈਡ ਲਾਈਨਰ ਦੇ ਵਿੱਚ ਵੱਧ ਘੱਟ ਵੋਲਟੇਜ ਹੁੰਦੀ ਕਿੰਨੀ ਆਗੀ ਕਿਹੜੇ ਕਿਹੜੇ ਕੰਪੋਨੈਂਟ ਨੇ ਓਵਰਹੈਡ ਲਾਈਨਾਂ ਦੇ ਸਵਿਚ ਗੇਰਾਂ ਦਾ ਮੁੱਢਲਾ ਗਿਆਨ ਜਿਹੜਾ ਉਹ ਕੀ ਹੁੰਦਾਗਾ ਰਿਲੇ ਕਿਵੇਂ ਕੰਮ ਕਰਦੀ ਹੈਗੀ ਸਪਲਾਈ ਡੀਸੀ ਸਪਲਾਈ ਤੇ ਕਿਉਂ ਕੰਮ ਕਰਦੀ ਹੈਗੀ ਹੈਨਾ ਤਾਂ ਇਹ ਸਾਰਾ ਕੁਝ ਹੈ ਜਿਹੜਾ 50 ਨੰਬਰ ਦੇ ਵਿੱਚ ਪੁੱਛਿਆ ਜਾਏਗਾ ਪਰ ਇਹ ਇਹਦੇ ਬਾਰੇ ਤੁਹਾਨੂੰ ਮੈਂ ਇੱਕ ਸਲਾਹ ਦੇਵਾਂਗਾ ਜੇ ਆਪ ਕਰ ਸਕਦੇ ਤੁਸੀਂ ਬ ਟੈਕਨੀਕਲ ਸਿਲੇਬਸ ਸਾਡਾ ਕਰਵਾਇਆ ਹੋਇਆ ਨੌਨ ਟੈਕਨੀਕਲ ਸਿਲੇਬਸ ਸਾਡਾ ਕਰਵਾਇਆ ਹੋਇਆਗਾ ਤਾਂ ਤੁਹਾਨੂੰ ਸੌਖਾ ਹੋ ਜਾਂਦਾ ਘੱਟ ਟਾਈਮ ਦੇ ਵਿੱਚ ਤੁਸੀਂ ਵੱਧ ਕਵਰ ਕਰ ਸਕਦੇ ਹੋ ਆਪ ਮੱਥਾ ਮਾਰਾਂਗੇ ਸਾਨੂੰ ਪਤਾ ਨਹੀਂ ਲੱਗਦਾ ਕੀ ਪੜ੍ਹਨਾ ਤੇ ਕੀ ਛੱਡਣਾਗਾ ਕਿਉਂਕਿ ਜੇ ਆਪਾਂ ਫालतू ਪੜਹੀ ਗਏ ਉਹਦੇ ਵਿੱਚ ਵੀ ਕੋਈ ਫਾਇਦਾ ਨਹੀਂ ਹੈਗਾ ਇਹ ਸਾਰੇ ਆ ਜਿਹੜੇ ਟੌਪਿਕ ਇਨਗੇ ਆ ਸਾਰੇ ਟੌਪਿਕ ਬਹੁਤ ਸੌਖੇ ਟੌਪਿਕ ਇਨਗੇ ਤਾਂ ਨਾ ਨਾ ਕਰਦੇ ਇਹਦੇ ਵਿੱਚੋਂ ਬੱਚੇ 60 ਤੋਂ ਲੈ ਕੇ 75 ਨੰਬਰ ਆਮ ਨਾਲ ਲੈ ਸਕਦੇ ਆ ਤੇ ਜਨਰਲ ਵਾਲੇ ਬੱਚਿਆਂ ਨੂੰ ਮੈਂ ਖਾਸ ਕਰ ਕਹੂੰਗਾ ਕਿ ਤੁਸੀਂ ਇਹਨਾਂ ਦਾ ਟਾਰਗੇਟ ਲੈ ਕੇ ਚੱਲੋਗੇ ਤਾਂ ਤੁਹਾਡੀ ਸਿਲੈਕਸ਼ਨ ਪੱਕੀ ਆ ਵੀਕੇਲੇ 3 ਨੰਬਰਾਂ ਨਾਲ ਤੁਸੀਂ ਲੱਗ ਜਾਓਗੇ ਤਾਂ ਬੱਚੇ ਤਿਆਰੀ ਬਹੁਤ ਜ਼ਰੂਰੀ ਹੈ ਕਿ ਮੇਰੀ ਇਹੀ ਰਿਕੁਐਸਟ ਹੈ ਕਿ ਤੁਸੀਂ ਪੜੋ ਜੇ ਘਰ ਬੈ ਕੇ ਪੜ ਸਕਦੇ ਹੋ ਬਹੁਤ ਚੰਗੀ ਗੱਲ ਹੈ ਕਿਤਾਬਾਂ ਨੂੰ ਚੰਗੀ ਤਰ੍ਹਾਂ ਪੜੋ ਡੱਟ ਕੇ ਕੁ ਮਹੀਨਾ ਲਓ ਤਾਂ ਕਿ ਤੁਹਾਡੀ ਸਿਲੈਕਸ਼ਨ ਪੱਕੀ ਹੋਵੇ ਤਾਂ ਧੰਨਵਾਦ ਸਾਰਿਆਂ ਦਾ ਬੱਚੇ